ਸ੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਨਾਮਵਰ ਪੰਜਾਬੀ ਸਿੰਗਰਾਂ ਦੇ ਡੈਬਿਊ ਯਾਨੀ ਪਹਿਲੇ ਸੌਂਗ ਦੇ ਬਾਰੇ ਗੱਲ ਕਰਾਂਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰੀ, ਜਸ ਮਾਣਕ, ਪਰਮੀਸ਼ ਵਰਮਾ ਅਤੇ ਗੁਰਨਾਮ ਭੁੱਲਰ ਜੀ ਦੇ ਪਹਿਲੇ ਸੌਂਗ ਦੇ ਬਾਰੇ ਗੱਲ ਕਰਾਂਗੇ। ਹੁਣ ਆਪ ਜੀ ਦਾ ਕੀਮਤੀ ਸਮਾਂ ਨਾ ਖਰਾਬ ਕਰਦੇ ਹੋਏ ਇਹ ਵੀਡੀਓ ਨੂੰ ਇੱਥੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਗੁਰਨਾਮ ਭੁੱਲਰ ਜੀ ਦੇ ਡੈਬਿਊ ਸੌਂਗ ਦੀ। ਗੁਰਨਾਮ ਭੁੱਲਰ ਜੀ ਦਾ ਡੈਬਿਊ ਸੌਂਗ 26 ਜੁਲਾਈ 2014 ਨੂੰ ਯਾਰਨ ਮੁੱਲੇ ਰਿਕਾਰਡ ਦੇ ਯੂਟਿਊਬ ਚੈਨਲ 'ਤੇ ਹੀਰ ਦੀਆਂ ਕੁੜੀਆਂ ਰਿਲੀਜ਼ ਹੋਇਆ। ਹੀਰ ਦੀਆਂ ਕੁੜੀਆਂ ਇੱਕ ਐਵਰੇਜ ਸੌਂਗ ਰਿਹਾ। ਹੁਣ ਜੇ ਗੱਲ ਕੀਤੀ ਜਾਵੇ ਇਸ ਗੀਤ ਦੇ ਲਿਖਣ ਦੀ ਤਾਂ ਇਸ ਗੀਤ ਨੂੰ ਖੁਦ ਗੁਰਨਾਮ ਭੁੱਲਰ ਨੇ ਲਿਖਿਆ। ਇਸ ਦੇ ਇਲਾਵਾ ਜੇ ਗੱਲ ਕੀਤੀ ਜਾਵੇ ਇਸ ਗੀਤ ਦੇ ਮਿਊਜ਼ਿਕ ਦੀ ਤਾਂ ਇਹ ਗੀਤ ਦਾ ਮਿਊਜ਼ਿਕ ਐਬੀਐਂਟ ਸਟੂਡੀਓ ਨੇ ਦਿੱਤਾ। ਸੱਸੀ ਕੋਈ ਸੋਹਣੀ ਯਾਰੋ ਬਦਲੀ ਬਣ ਵਰਦੀ ਏ ਤੱਕ ਤੱਕ ਕੇ ਖਿੜਦੇ ਹਾਸੇ ਲੋਰ ਜਹੀ ਚੜਦੀ ਏ ਮੁੰਡਿਆਂ ਦੀ ਅੱਖ ਸ਼ਿਕਾਰੀ ਮੁੰਡਿਆਂ ਦੀ ਅੱਖ ਸ਼ਿਕਾਰੀ ਓ ਫਿਰ ਪਛਤਾਉਂਦੀਆਂ ਨੇ ਹੀਰ ਜੀਆਂ ਕੁੜੀਆਂ ਯਾਰੋ ਫਿਰ ਇਸ਼ਕ ਜਗਾਉਂਦੀਆਂ ਨੇ। ਇਸ ਤੋਂ ਬਾਅਦ ਆਪਾਂ ਅੱਗੇ ਵੱਧਦੇ ਹੋਏ ਗੱਲ ਕਰਦੇ ਹਾਂ ਜੀ ਪਰਮੀਸ਼ ਵਰਮਾ ਦੀ। ਪਰਮੀਸ਼ ਵਰਮਾ ਦਾ ਡੈਬਿਊ ਸੌਂਗ 31 ਜੁਲਾਈ 2017 ਨੂੰ ਜੋਗ ਡੁਗ ਦੇ ਯੂਟਿਊਬ ਚੈਨਲ 'ਤੇ ਅਲੇ ਚੱਕ ਮੈਂ ਆ ਗਿਆ ਰਿਲੀਜ਼ ਹੋਇਆ। ਇਹ ਗੀਤ ਇੱਕ ਸੁਪਰਹਿੱਟ ਸੌਂਗ ਰਿਹਾ। ਹੁਣ ਜੇ ਗੱਲ ਕੀਤੀ ਜਾਵੇ ਇਸ ਸੌਂਗ ਦੇ ਲਿਖਤ ਦੀ ਤਾਂ ਇਸ ਗੀਤ ਨੂੰ ਜਿਮੀ ਕੋਟਕਪੁਰੇ ਨੇ ਲਿਖਿਆ। ਇਸ ਦੇ ਇਲਾਵਾ ਜੇ ਗੱਲ ਕੀਤੀ ਜਾਵੇ ਗਾਣੇ ਦੇ ਮਿਊਜ਼ਿਕ ਦੀ ਤਾਂ ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ। ਗੱਲ ਚੱਕ ਮੀਜੀ ਕਹੀ ਹੋ ਜਾਣ ਲੱਗੀ ਨੇ ਟਕਾ ਕੇ ਗੱਲ ਚੱਕਵੀ ਜੀ ਕਈ ਵੇਲੜਾਂ ਨੂੰ ਆਸ਼ਕੀਆਂ ਪੁੱਗਦੀਆਂ ਨਹੀਂ ਆ ਲੈ ਵੇਖ ਕੰਮ ਕਾਰ ਮੁੰਡਾ ਹੋ ਗਿਆ ਸਟਾਰ ਵੇਖ ਕੰਮ ਕਾਰ ਕਹਿੰਦੇ ਹੋ ਗਿਆ ਸਟਾਰ ਤੇਰਾ ਵੇਲੜ ਹੀ ਸਰੇ ਬਿੱਲੋ ਲਾ ਗਿਆ ਆ ਲੈ ਚੱਕ ਮੈਂ ਆ ਗਿਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਗੁਰੀ ਦੇ ਡੈਬਿਊ ਸੌਂਗ ਦੀ। ਗੁਰੀ ਦਾ ਡੈਬਿਊ ਸੌਂਗ 1 ਜਨਵਰੀ 2015 ਨੂੰ ਸਿੰਗਲ ਟਰੈਕ ਸਟੂਡੀਓ ਦੇ ਯੂਟਿਊਬ ਚੈਨਲ ਤੇ ਵੈਸਪਾ ਰਿਲੀਜ਼ ਹੋਇਆ। ਵੈਸਪਾ ਸੌਂਗ ਇੱਕ ਹਿੱਟ ਸੌਂਗ ਰਿਹਾ। ਜੇ ਗੱਲ ਕੀਤੀ ਜਾਵੇ ਇਹ ਗਾਣੇ ਦੇ ਲਿਖਣ ਦੀ ਤਾਂ ਇਸ ਗੀਤ ਨੂੰ ਅਵਤਾਰ ਧਾਲੀਵਾਲ ਨੇ ਲਿਖਿਆ। ਇਸ ਦੇ ਇਲਾਵਾ ਜੇ ਗੱਲ ਕੀਤੀ ਜਾਵੇ ਗਾਣੇ ਦੇ ਮਿਊਜ਼ਿਕ ਦੀ ਤਾਂ ਗਾਣੇ ਨੂੰ ਡੀਜੇ ਨਰਿੰਦਰ ਨੇ ਮਿਊਜ਼ਿਕ ਦਿੱਤਾ। ਜਿਹੜੀ ਸਿਰ ਤੋਂ ਨਾ ਚੁੰਨੀ ਕਦੇ ਲਾਉਂਦੀ ਸੀ ਹੁਣ ਰੱਖਦੀ ਹੈ ਵਨ ਪੀਸ ਟਾਨੀ ਕਿੱਥੋਂ ਯਾਦ ਆਉਣਾ ਯਾਰਾਂ ਵਾਲਾ ਵੈਸਪਾ ਇਥੋਂ ਬਿਮਰ ਦਾ ਚੱਕਿਆ ਨਾ ਜਾਵੇ ਚਾਨੀ। ਹੁਣ ਆਪਾਂ ਸਭ ਤੋਂ ਅਖੀਰ 'ਚ ਗੱਲ ਕਰਦੇ ਹਾਂ ਜੀ ਜਸ ਮਾਣਕ ਦੇ ਡੈਬਿਊ ਸੌਂਗ ਦੀ। ਜਸ ਮਾਣਕ ਦਾ ਡੈਬਿਊ ਸੌਂਗ 19 ਨਵੰਬਰ 2017 ਨੂੰ ਗੀਤ MP3 'ਤੇ ਯੂਟਰਨ ਰਿਲੀਜ਼ ਹੋਇਆ ਜੋ ਕਿ ਇੱਕ ਫਲੋਪ ਸੌਂਗ ਰਿਹਾ। ਇਸ ਦੇ ਇਲਾਵਾ ਜੇ ਗੱਲ ਕੀਤੀ ਜਾਵੇ ਇਹ ਗੀਤ ਨੂੰ ਲਿਖਣ ਦੀ ਤਾਂ ਇਸ ਗੀਤ ਨੂੰ ਸੁੱਖ ਕੁੱਲਰ ਨੇ ਲਿਖਿਆ ਅਤੇ ਇਹ ਗੀਤ ਦਾ ਮਿਊਜ਼ਿਕ AM ਹੁਮੇਨ ਨੇ ਦਿੱਤਾ। ਹੱਥ ਤੇਰੇ ਅੱਗੇ ਦਿਲ ਵਿੱਚ ਗੱਲ ਇੱਕੋ ਵਜੇ ਬੋਤਲ ਨਾ ਜੁੜ ਜੂ ਨਾ ਤਾ ਮੁੜਿਆ ਪੱਬ ਦੱਬੇ ਦੱਬੇ ਲੰਗ ਜਾਏ ਨਾ ਵੇਲਾ ਯਾਦਾਂ ਲੰਗ ਜਾਏ ਨਾ ਵੇਲਾ ਯਾਦਾਂ ਸੀਨੇ ਨਾ ਵਰਨ ਕੁੜੇ ਲਾ ਕੇ ਕਿਉਂ ਯਾਰੀ ਹੱਲੇ ਕਰ ਗਈ ਯੂੰ ਡਰਨ ਕੁੜੇ। ਵੈਲ ਜੀ ਇਹ ਸੀ ਕੁਛ ਨਾਮਵਰ ਪੰਜਾਬੀ ਸਿੰਗਰਾਂ ਦੇ ਡੈਬਿਊ ਸੌਂਗ। ਜੇ ਸਾਥੋਂ ਇਸ ਵੀਡੀਓ 'ਚ ਕੋਈ ਗਲਤੀ ਜਾਂ ਡਿਟੇਲ ਮਿਸ ਹੋ ਗਈ ਤਾਂ ਤੁਸੀਂ ਉਹਦੀ ਜਾਣਕਾਰੀ ਥੱਲੇ ਕਮੈਂਟ ਕਰਕੇ ਜ਼ਰੂਰ ਦਿਓ। ਇਸ ਦੇ ਇਲਾਵਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਜੇ ਵਧੀਆ ਨਹੀਂ ਲੱਗੀ ਤਾਂ ਡਿਸਲਾਈਕ।